दर्शक ते किसान वीरां नूं दोस्तों सत श्री अकाल। अज आपां कुछ मुद्दियां ते खुल के गलबात करनी आ। सब तो पहला मैं अपना वजूद दसदा, जिहड़ा पिंड हुंदा जिला हुंदा उहदा वजूद हुंदा। मेरा पिंड है कल्याण सुखा ब्लाक नथाणा ते जिला बठिंडा। दोस्तों खेतां च काम करदे सी अक्सर ही अपने जिमीदार भरावां दे कही तां माड़ी मोटी बज ही जांदी। सो अज मेरे नाल इसा ही एवें वापरिया। मैं बट ते मिट्टी लाई जांदा सी भी इत्थे आ कही बच गई। चलो मैं आख्या भी अपने भरावां नाल जो गलबात की जाए। एक दो अपने किहड़े चर्चा च मुद्दे उन्हां बारे आपां डिस्कस करांगे। एक बड़ा मुद्दा चर्चा च हैगा भी अपने जिहड़ी हैगियां आ दवाइयां मैडिसन, तो इन्हां ही बड़ी चर्चा हो रही है। दोस्तों इन्हां वाले भी जेनेटिक दवाइयां जां दूसरियां दवाइयां भी इन्हां दे रेटां बारे असली जिम्मेवार कौन? आपां कल्ले कमिस्ट वीरां नूं कह सकते, क्योंकि अंदरों बहुत दूर तक गोलमाल गेम हुंदी आ भी इह तां विचारे एक ट्रेलर दे मूहरे दुकानदार आ जांदे आ। मैं दसना चाहुंदा भी मैं नाल आदि फार्मिंग भी करदा हां। मेरा पेस्टीसाइड सीड फर्टिलाइजर बिजनेस नाल ते सोशल मीडिया ते मीडिया नाल बड़ी नेड़ता दा काम। ते मैं दसना चाहुंदा भी इहदे विच कल्ला आपां इक धरनू नहीं तुसीं कह सकदे, ते किसे आपां नूं रीजन लभणे पैणगे भी कारण की आ। मैं एक डेफिनेशन दिना भी जिहड़ा किसान यूरिया लैंदा उहदा रेट 2.66 रुपए लगभग, अज कल दा रेट 266 रुपए ते 50 पैसे ਉਹਨੇ ਦਾ ਹੀ ਵਿਕੂਗਾ, ਪ੍ਰਿੰਟ ਹੀ ਉਹਦੇ ਉਹਨਾਂ। ਅਤੇ ਇਸ ਤਰ੍ਹਾਂ ਵੀ ਜੇ ਆਪਾਂ ਮੈਡੀਸਨ ਦਵਾਈਆਂ 'ਤੇ ਇਸ ਤਰ੍ਹਾਂ ਰੇਟ ਲਿਖ ਦਈਏ ਤਾਂ ਕਿਸੇ ਦੀ ਕੀ ਹਿੰਮਤ ਆ ਵੀ ਇਹ ਕੋਈ ਦੁਕਾਨਦਾਰ ਇਹਨੂੰ ਵੱਧ ਰੇਟ 'ਤੇ ਵੇਚੇ। ਅਤੇ ਸੈਕੰਡ ਗੱਲ ਆ ਵੀ ਜਿਹੜਾ ਕੰਮ ਹੈ ਕਰਨਾ ਸਰਕਾਰ ਨੇ, ਕਿਹਨੇ ਕਮਿਸਟ ਨੇ ਜਾਂ ਪੈਸਟੀਸਾਈਡ ਲੈਣ ਨੇ ਤਾਂ ਕਰਨਾ। ਅਤੇ ਪੈਸਟੀਸਾਈਡ ਲੈਣ ਨੂੰ ਸਭ ਤੋਂ ਵੱਧ ਮਾਰ ਅੱਜ ਕੱਲ੍ਹ ਧਾਰ ਦੀ ਪੈ ਰਹੀ ਆ, ਅਤੇ ਜ਼ਿਮੀਦਾਰ ਸਰਕਾਰੀ ਪੋਲਸੀਆਂ ਕਰਕੇ ਵੀ ਬੜਾ ਡਾਊਨ ਹੋ ਰਿਹਾ। ਅਤੇ ਦੁਕਾਨਦਾਰਾਂ ਨੇ ਲਗਭਗ ਜਿਵੇਂ ਮੈਂ ਅੱਜ ਕੱਲ੍ਹ ਬਚਿਆ 30-40% ਅਗਰਾਈ ਖਤਮ ਹੋ ਰਹੀ ਆ। ਇਸ ਤਰ੍ਹਾਂ ਇਹ ਦੁਕਾਨਦਾਰ ਵੀ ਖਤਮ ਹੋ ਰਹੇ ਆ, ਅਤੇ ਜਿਹੜੀ ਇਹ ਸਹੂਲਤ ਆਧਾਰ ਵਾਲੀ ਲਗਭਗ ਇਹ ਬੰਦ ਹੋਣ ਦੇ ਕਿਨਾਰੇ ਹੀ ਆ। ਜੇ ਬੰਦ ਨਾ ਹੋਈ ਤਾਂ ਕੰਪਨੀਆਂ ਲਗਭਗ ਹੁਣ ਜਵਾਬ ਦੇਣ ਲੱਗ ਗਈਆਂ ਦੁਕਾਨਦਾਰਾਂ ਨੂੰ, ਅਤੇ ਕਈ ਕੰਪਨੀਆਂ ਇੱਥੇ ਤੋਂ ਛੱਡ ਕੇ ਵੀ ਤੁਰ ਗਈਆਂ। ਕਿਵੇਂ ਕੈਮੀਨੋਵਾ ਕੰਪਨੀ ਬੜੀ ਮਸ਼ਹੂਰ ਸੀ, ਉਹ FM 'ਚ ਮਰਜ ਹੋ ਗਈ। ਇੱਕ ਹੋਰ ਸੀ ਆਪਣੀ ਡਿਊਪੌਂਡ ਜਿਹਦੀ ਕੋਰਾਜਨ ਬੜੀ ਬਹੁਤ ਮਸ਼ਹੂਰ ਆ, ਉਹ ਵੀ ਇੱਥੇ FM 'ਚ ਆ ਗਈ। ਇਹ ਆਪਣੇ ਬ੍ਰਾਂਡ ਵੇਚ ਗਈਆਂ ਕੰਪਨੀਆਂ, ਅਤੇ ਜ਼ਿਆਦਾਤਰ ਚੰਗੀਆਂ ਕੰਪਨੀਆਂ ਵੀ ਆਪਣੇ ਦੇਸ਼ ਦਾ ਸਿਸਟਮ ਦੇਖ ਕੇ, ਪੋਲੀਟੀਕਲ ਸਿਸਟਮ ਦੇਖ ਕੇ ਇੱਥੋਂ ਜਿਹੜੀਆਂ ਫੋਰਨ ਦੀਆਂ ਕੰਪਨੀਆਂ ਸੀ ਲਗਭਗ ਇੱਥੋਂ ਸਾਰਾ ਨਿਕਲਦਾ ਜਾਂਦਾ। ਇਹਦੀ ਮੈਂ ਇੱਕ ਉਦਾਹਰਨ ਦਿੰਦਾ ਤੁਹਾਨੂੰ ਵੀ ਕਾਫੀ ਸਮਾਂ ਪਹਿਲਾਂ ਇੱਕ ਉਬਰਾਨ ਦਵਾਈ ਦਿੱਤੀ ਸੀ ਨਰਮੇ ਵਾਸਤੇ ਖੇਤੀਬਾੜੀ ਡਿਪਾਰਟਮੈਂਟ ਨੇ, ਵੀ ਕਿਸਾਨਾਂ ਨੂੰ ਕਹਿੰਦੇ ਸੀ ਵੀ ਅਸੀਂ 50% ਲੈਸ ਦੇ ਦਿੰਦੇ ਹਾਂ। ਉਹਦੇ ਵਿੱਚ ਕਾਰਨ ਕੀ ਸੀ ਅਸਲੀ? ਜਿਹੜੀ ਉਹ ਉਬਰਾਨ ਦਵਾਈ ਸੀ ਉਹਦਾ ਜਿਹੜਾ ਕੰਪਨੀ ਦਾ ਰੇਟ ਸੀ 2200-2300 ਰੁਪਏ 2400 ਬਣਦਾ ਸੀ। ਜਿਵੇਂ ਕੋਈ ਵੱਧ ਕੁਆਂਟਿਟੀ ਚੱਕ ਲੈਂਦਾ ਉਹਨੂੰ ਸੀੜੀ ਮਿਲ ਜਾਂਦੀ ਸੀ, ਜਿਹੜਾ ਘੱਟ ਕੁਆਂਟਿਟੀ ਚੱਕਦਾ ਉਹਨੂੰ ਸੀੜੀ ਨਹੀਂ ਮਿਲਦੀ ਸੀ। 5-7% ਜਾਂ 4% ਕੰਪਨੀਆਂ ਦੇ ਉਸ ਸਮੇਂ ਦੇ ਕੋਈ ਸ਼ਡਿਊਲ ਹੋਣਗੇ ਰੇਟ ਸੀੜੀ ਦੇ, ਅਤੇ ਆਮ ਦੁਕਾਨਦਾਰ ਉਹਨੂੰ ਵੀ ਜਿਵੇਂ ਉਹਨੂੰ ICCD ਹਿਸਾਬ ਨਾਲ ਘੱਟ ਘਟਾ ਕੇ ਉਸ ਟਾਈਮ ਵਿਕੀ ਸੀ ਉਹ 2600-2700 ਰੁਪਏ ਦੇ ਲਗਭਗ, ਅਤੇ ਸੀੜੀ ਕੱਟ ਕੇ ਜਿਵੇਂ ਦੁਕਾਨਦਾਰ ਨੂੰ ਪੈਂਦੀ ਸੀ ਉਸ ਤਰ੍ਹਾਂ ਉਹ ਵਿਕੀ। ਪਰ ਹੈਰਾਨੀ ਦੀ ਗੱਲ ਦੋਸਤੋ ਇਹ ਆ ਕਿ ਮਹਿਕਮੇ ਨੇ, ਖੇਤੀਬਾੜੀ ਮਹਿਕਮੇ ਨੇ ਜਿਹੜੀ ਉਹ ਵੇਚੀ ਸੀ ਉਬਰਾਨ ਦਵਾਈ ਉਹਦਾ ਰੇਟ ਸੀ ਰੱਖਿਆ ਸੀ ਮਹਿਕਮੇ ਨੇ 3800 ਰੁਪਇਆ, ਅਤੇ ਉਹਦਾ 50% 1900 ਰੁਪਏ ਦਵਾਈ ਮਿਲਦੀ ਸੀ, ਉਹ ਵੀ ਮਿਲਦੀ ਸਿਫਾਰਸ਼ 'ਤੇ ਸੀ। ਅਤੇ ਜਦੋਂ ਉਹਦਾ ਰੌਲਾ ਪੈ ਗਿਆ ਅਤੇ ਜਦੋਂ ਮੀਡੀਆ 'ਚ ਗੱਲ ਆਈ, ਮੀਡੀਆ ਨੇ ਗਾਂਹ ਗੱਲ ਚੱਕੀ ਅਤੇ ਉਹਦਾ ਸੱਚ ਨਿਕਲਿਆ, ਅਤੇ ਉਹ ਚੱਕ ਜਾਣੀ ਕਿ ਵੱਡੇ ਮੁਲਾਜ਼ਮ ਨੂੰ ਟੰਗਤਾ ਵੀ ਹੋਰ ਸਾਰਿਆਂ ਨੂੰ ਕਲੀਅਰੈਂਸ ਦੇ ਦਿੱਤੀ ਵੀ ਕੀ ਉਹ ਸਰਕਾਰ ਨੂੰ ਉਸ ਟਾਈਮ ਪਤਾ ਨਹੀਂ ਸੀ ਵੀ ਇਹਦਾ ਜਿਹੜਾ ਦੁਕਾਨਾਂ 'ਤੇ ਇਸ ਟਾਈਮ ਹੈ 2600-2700 ਮਿਲੀ ਜਾਂਦੀ ਹੈ, ਅਤੇ ਆਪਾਂ 3800 ਦਾ ਅੱਧ ਕਰਕੇ 1900 ਅਤੇ ਉਹ ਵੀ ਦੁਕਾਨ ਵੀ ਜਿਹੜੇ ਸਿਫਾਰਸ਼ੀ ਉਹਨਾਂ ਨੂੰ ਮਿਲਦੀ ਆ। ਚਲੋ ਮਿਲ ਜਾਂਦੀ ਬਹੁਤ ਸੋਹਣਾ ਗੱਲ ਸੀ, ਚੱਲ 1900 ਅਤੇ 2500-2600 'ਚ ਵੀ ਫਰਕ ਹੈਗਾ, ਪਰ ਹੋਇਆ ਕਿ
ਜਿਹੜੀ ਮਹਿਕਮੇ ਵਾਲੀ ਦਵਾਈ ਸੀ ਉਹਦਾ ਜਦੋਂ ਸੈਂਪਲ ਲਿਆ ਗਿਆ ਤਾਂ ਉਹ 'ਚ ਨਿਕਲੇ ਕੱਖ ਨਹੀਂ। ਅਤੇ ਇਸ ਤਰ੍ਹਾਂ ਜਦੋਂ ਸਰਕਾਰੀ ਅਦਾਰੇ ਸਰਕਾਰਾਂ ਹੀ ਐਂ ਕਰੀ ਜਾਂਦੀਆਂ ਵੀ ਚਲੋ ਫਿਰ ਆਪਾਂ ਦੂਜੇ ਨੂੰ ਦੋਸ਼ ਹੀ ਕੀ ਦੇਣਾ। ਅਤੇ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਇਹ ਮੁੱਦਾ ਤੋਂ ਚੱਕ ਕੇ ਅਸੀਂ ਮੀਡੀਆ ਨੇ ਕਈ ਅੱਜ ਕੱਲ੍ਹ ਆਪਣੇ ਕਿਸਾਨ ਵੀਰ ਵੀ ਟਰੈਕਟਰ 'ਤੇ ਕੋਈ ਖਾਸ ਵੀ ਡੈੱਕ ਲਾ ਕੇ ਬੜਾ ਵੀ ਚਲਾ ਵੀ ਮੀਡੀਆ ਨੂੰ ਪੱਤਰਕਾਰ ਵੀਰਾਂ ਨੂੰ ਬੁਰਾ ਭਰਾ ਬੋਲਦੇ ਆ। ਅਤੇ ਇੱਕ ਮੈਂ ਕਹਿਣਾ ਚਾਹੁੰਦਾ ਪ੍ਰੈਸ ਬਾਰੇ ਵੀ ਆਖਰ ਨੂੰ ਕੰਮ ਤਾਂ ਪ੍ਰੈਸ ਹੀ ਆਉਂਦੀ ਆ। ਅਤੇ ਜਦੋਂ ਬੰਦਾ ਚਾਰੇ ਪਾਸਿਓਂ ਹੰਭ ਹਾਰ ਜਾਂਦਾ ਸਰਕਾਰੀ ਦੁਆਰਿਆਂ 'ਚੋਂ ਅਤੇ ਪੁਲਿਸ ਡਿਪਾਰਟਮੈਂਟ ਤੋਂ ਆ ਕੇ ਫਿਰ ਕਰਦੇ ਕਿ ਉਹ ਪ੍ਰੈਸ ਕੋਲ ਜਾਂਦੇ ਆ। ਲਗਭਗ ਤੁਸੀਂ ਦੇਖਿਆ ਹੋਊ ਵੀ ਅੱਜ ਕੱਲ੍ਹ ਪ੍ਰੈਸ ਨੂੰ ਇੰਨਾ ਵੀ ਲੋਕਾਂ ਨਾਲ ਹਮਦਰਦੀ ਰੱਖਣੀ ਪੈਂਦੀ ਹੈ ਅਤੇ ਪ੍ਰੈਸ ਨੇ ਇਸੇ ਕਰਕੇ ਪ੍ਰੈਸ ਕਲੱਬ ਬਣਾ ਲਏ। ਮੈਂ ਖਾਸ ਕਰਕੇ ਬਠਿੰਡੇ ਪ੍ਰੈਸ ਕਲੱਬ ਦੀ ਗੱਲ ਕਰਦਾ ਵੀ ਜੇ ਕਿਸੇ ਨੇ ਆਪਣੀ ਗੱਲ ਕਰਨੀ ਵੀ ਉੱਥੇ ਬੰਦਾ ਜਾਂਦਾ ਉਹ ਲਗਭਗ ਥੋੜ੍ਹੀ ਜਿਹੀ ਕੋਸਟ ਲੈਂਦੇ ਆ 1100 ਰੁਪਇਆ ਅਤੇ ਉਹ ਵੀ ਆਪ ਨਹੀਂ ਰੱਖਦੇ, ਉਹ ਉੱਥੇ ਹੀ ਬੰਦੇ ਨੂੰ ਚਾਹ ਪਾਣੀ ਪਿਆ ਦਿੰਦੇ ਆ। ਇਸ ਤਰ੍ਹਾਂ ਵੀ ਉਹ ਨੋ ਲੋਸ ਨੋ ਪ੍ਰੋਫਿਟ 'ਤੇ ਬੰਦੇ ਦੀ ਕਵਰੇਜ ਕਰਦੇ ਆ, ਗੱਲ ਪਹੁੰਚਾਉਂਦੇ ਆ। ਅਤੇ ਪਰ ਫਿਰ ਵੀ ਕੁਛ ਆਪਣੇ ਭਰਾ ਫਿਰ ਵੀ ਮੀਡੀਆ ਨੂੰ ਮਾੜਾ ਚੰਗਾ ਬੋਲ ਜਾਂਦੇ ਆ। ਹਰ ਇੱਕ 'ਚ ਕੋਈ ਸਾਰੇ ਚੰਗੇ ਨਹੀਂ ਹੁੰਦੇ ਅਤੇ ਸਾਰੇ ਮਾੜੇ ਵੀ ਨਹੀਂ ਹੁੰਦੇ। ਚਲੋ ਇਹ ਤਾਂ ਗੱਲ ਸੀ ਆਪਣੀ ਸਰਕਾਰਾਂ ਦੀ, ਹੁਣ ਆਪਾਂ ਮੇਨ ਮੁੱਦੇ 'ਤੇ ਆਉਂਦੇ ਹਾਂ। ਇਹਨਾਂ ਜਿਹੜਾ ਆਪਣਾ ਕਮੈਸਟ ਲੈਣ ਆ, ਇਹ ਜਿਹੜੇ ਨਿਯਮ ਆ ਉਹ ਬੇਲੋੜੇ 'ਚ ਵੀ ਬਹੁਤ ਆ। ਜਿਵੇਂ ਤੁਸੀਂ ਇੱਕ ਮੋਟਰਸਾਈਕਲ ਚਲਾਉਣਾ, ਇੱਕ ਗੱਡੀ ਚਲਾਉਣੀ ਆ, ਉਹਦੇ ਇੱਕ 144 ਜਿਹੜੇ ਰੂਲਸ ਆ ਉਹਦੇ, ਜੇ ਤੁਸੀਂ ਉਹ ਅਲਾਓ ਨਹੀਂ ਕਰਦੇ ਤੁਹਾਡਾ ਚਲਾਣ ਹੋ ਸਕਦਾ। ਇੱਕ ਜੇ ਤੁਸੀਂ ਕਾਰ ਲਿਜਾਣੀ ਆ, ਉਹ 'ਚ ਤਿੰਨ ਤਰ੍ਹਾਂ ਦੇ ਆਪਣੇ ਜਿਹੜੇ ਅੱਗ ਬੁਝਾਊ ਯੰਤਰ ਹੁੰਦੇ ਆ ਉਹ ਹੁੰਦੇ ਆ, ਤਿੰਨੇ ਹੋਣੇ ਚਾਹੀਦੇ ਆ। ਇੱਕ ਤਾਂ ਰੇਤ ਵਾਲਾ ਹੁੰਦਾ, ਇੱਕ ਗੈਸ ਵਾਲਾ ਹੁੰਦਾ, ਇੱਕ ਪਾਣੀ ਵਾਲਾ ਹੁੰਦਾ। ਅਤੇ ਇੱਕ ਵੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਫਸਟ ਏਡ ਦੀ ਕਿੱਟ। ਅਤੇ ਬੱਸ ਨੂੰ ਪਰਮਿਟ ਤਾਂ ਮਿਲਦਾ ਵੀ ਫਸਟ ਏਡ ਕਿੱਟ ਹੋਣੀ ਚਾਹੀਦੀ ਆ। ਅੱਜ ਤਾਂ ਹੀ ਤੁਸੀਂ ਕਿਸੇ ਬੱਸ 'ਚ ਗੋਲੀ ਮੰਗ ਕੇ ਦੇਖ ਲਿਓ ਵੀ ਫਸਟ ਏਡ ਕਿੱਟ ਹੈਗਾ। ਅਤੇ PRTC ਦਾ ਜਿਹੜਾ ਬੱਸਾਂ ਉਹ ਤਾਂ ਲਗਭਗ ਤੁਹਾਨੂੰ ਪਤਾ ਹੀ ਹੈ ਵੀ ਚੱਲਦਾ ਕਿਵੇਂ ਆ, ਮੂਹਰਲਾ ਪਾਸਾ ਕਿੱਥੇ ਹੁੰਦਾ ਅਤੇ ਪਹਿਲਾਂ ਕਿੱਥੇ ਹੁੰਦਾ। ਅਤੇ ਪਰ ਆਮ ਜਿਹੜੀਆਂ ਲੋਕਾਂ ਦਾ ਗੱਡਾਂ ਇਹ ਕਹਿੰਦਾ ਵੀ 15 ਸਾਲ ਬਾਅਦ ਵੀ ਉਹ ਨਵਿਆਓ ਜਾਂ ਇਹ ਖਤਮ ਕਰੋ, ਡੈਮੇਜ ਕਰੋ। ਸੋ ਇੱਥੇ ਵੀ ਆਪਾਂ ਨੂੰ ਟਰਾਂਸਪੋਰਟ ਡਿਪਾਰਟਮੈਂਟ ਤੋਂ ਵੀ ਪਤਾ ਲੱਗਦਾ ਵੀ ਸਰਕਾਰ ਆ ਆਪਣੀ ਬੀੜੀ ਥੱਲੇ ਸੋਟਾਂ ਨਹੀਂ ਮਾਰਦੀ ਅਤੇ ਲੋਕ ਹੀ ਦਿੰਦੇ ਆ ਚਲਾਣ ਕਰਨ ਨੂੰ ਵੀ ਤੁਸੀਂ RTI ਲੈ ਲਓ, ਪਤਾ ਕਰ ਲਿਓ ਵੀ PRTC ਅਤੇ ਪੰਜਾਬ ਰੋਡਵੇਜ਼ ਦੇ ਕਿੰਨੇ ਕੁ ਚਲਾਣ ਹੋਏ ਆ, ਤੁਹਾਨੂੰ ਆਪੇ ਪਤਾ ਲੱਗ ਜੂਗਾ। ਪਿੱਛੇ ਜੇ ਪੁਲਿਸ ਨੇ ਤਾਂ ਖਾਸ ਮੈਂ ਬੀੜੀ ਸੀ। ਜੇ ਇੱਕ ਮੋਟਰਸਾਈਕਲ ਦੇ ਖਾਸ ਕਰਕੇ ਦੱਸਦਾ ਵੀ ਕੋਈ ਚਲਾਣ ਤੋਂ ਨਹੀਂ ਵੱਜ ਸਕਦਾ, ਇੱਕ ਮੋਟਰਸਾਈਕਲ ਜਿਹਨਾਂ ਰੱਸਾ ਰੱਖਣਾ ਵੀ ਜ਼ਰੂਰੀ ਹੁੰਦਾ। ਕਿਹਦੇ ਕੋਲ ਆ ਰੱਸਾ? ਕਿਸੇ ਕੋਲ ਨਹੀਂ। ਦਸਤਾਨੇ ਜ਼ਰੂਰੀ ਆ, ਜੁਰਾਬਾਂ ਜ਼ਰੂਰੀ ਆ, ਅਤੇ ਐਨਕਾਂ ਪੱਗ, ਯਾਨੀ ਕਿ ਇੰਨੇ ਕੁ ਰੂਲ ਬਣਾ ਤੇ ਵੀ ਜਿਹੜੇ ਪੂਰੇ ਨਹੀਂ ਹੋ ਸਕਦੇ। ਅੱਜ ਤਾਂ ਹੀ ਤੁਸੀਂ ਪੁਲਿਸ ਦੀ ਗੱਡੀ 'ਚ ਕਿਤੇ ਦੇਖਿਆ ਵੀ ਤਿੰਨੇ ਤਰ੍ਹਾਂ ਦੇ ਉਹ ਵੀ ਹੁਣ ਜਿਹੜੇ ਅੱਗ ਬੁਝਾਊ ਯੰਤਰ ਹੁੰਦੇ, ਇੱਕ ਹੁੰਦਾ ਗੈਸ ਵਾਲਾ ਜੇ ਕੋਈ ਗੈਸ ਤੋਂ ਅੱਗ ਲੱਗਦੀ ਆ, ਸੈਕੰਡ ਅਤੇ ਬੁਝਾਉਣ ਵਾਲਾ ਗੈਸ ਬੁਝਾਉਣ ਵਾਲਾ, ਅਤੇ ਦੂਸਰਾ ਪਾਣੀ ਵਾਲਾ ਪਾਣੀ ਨਾਲ ਬੁਝਾਉਣ ਵਾਲਾ, ਤੀਜਾ ਮਿੱਟੀ ਨਾਲ ਰੇਤ ਨਾਲ। ਤੁਸੀਂ ਪੈਟਰੋਲ ਪੰਪ 'ਤੇ ਵੀ ਦੇਖਿਆ ਹੋਣਾ ਬਾਲਟੀਆਂ ਲੌਕੀਆਂ ਜਾਂਦੀਆਂ ਹੁੰਦੀਆਂ, ਉਹਦਾ ਹੀ ਮੀਨ ਹੁੰਦਾ ਵੀ ਇਹ ਅੱਗ ਬੁਝਾਊ ਇਹ 'ਚ ਬਈ ਬਰੇਤੀ ਪਈ ਆ ਜਾਂ ਰੇਤਾ ਪਿਆ। ਅਤੇ ਪਰ ਸਰਕਾਰ ਵੱਲੋਂ ਇਹ ਗੱਲਾਂ ਵੱਲ ਕੋਲ ਨਹੀਂ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ, ਲੋਕਾਂ ਨੂੰ ਗੱਲਾਂ ਹੀ ਕੀਤੀਆਂ ਜਾਂਦੀਆਂ। ਹੁਣ ਆਪਾਂ ਕਮਿਸਟ 'ਤੇ ਆਉਂਦੇ ਹਾਂ। ਇੱਕ ਕਮਿਸਟ ਲਈ ਦੁਕਾਨ ਖੋਲ੍ਹਣ ਲਈ ਬੜੇ ਮਾਪਦੰਡ ਦਿੱਤੇ ਜਾਂਦੇ ਆ, ਕਿਵੇਂ ਦੁਕਾਨ ਦੀ ਉਚਾਈ ਘੱਟੋ ਘੱਟ 9.5 ਫੁੱਟ ਹੋਣੀ ਚਾਹੀਦੀ ਹੈ ਜਿਹੜੀ ਸੀਲਿੰਗ ਆ, ਅਤੇ 10x10 ਫੁੱਟ ਦਾ ਉਹਦਾ ਕਮਰਾ ਹੋਣਾ ਚਾਹੀਦਾ ਹੈ। ਉਹ 'ਚ AC ਵੀ ਹੋਣਾ ਚਾਹੀਦਾ ਅਤੇ ਫਰਿੱਜ ਵੀ ਹੋਣੀ ਚਾਹੀਦੀ ਆ। ਅਤੇ ਹੁਣ ਤੁਸੀਂ ਆਪ ਦੇਖ ਲਿਓ ਵੀ ਲਗਭਗ 50% ਮੈਡੀਕਲਾਂ 'ਚ AC ਹੈ ਨਹੀਂ, ਉਹ ਤਾਂ ਜ਼ਿੰਮੇਵਾਰ ਕੌਣ ਆ ਫਿਰ? ਅਤੇ ਤੁਹਾਨੂੰ ਪਤਾ ਹੀ ਹੋਊ ਵੀ ਕਿਹੜੀ ਖਬਰ ਆਉਂਦੀ, ਆਪਾਂ ਅਖਬਾਰ 'ਚ ਪੜ੍ਹਦੇ ਹਾਂ ਵੀ ਡਰੱਗ ਇੰਸਪੈਕਟਰ ਆਉਣ ਤੋਂ ਪਹਿਲਾਂ ਹੀ ਦੁਕਾਨਾਂ ਦੇ ਸ਼ਟਰ ਡਿੱਗੇ ਵੀ ਦੁਕਾਨਦਾਰਾਂ ਨੂੰ ਕੌਣ ਦੱਸ ਗਿਆ ਵੀ ਡਰੱਗ ਇੰਸਪੈਕਟਰ ਆਉਂਦਾ ਵੀ ਸ਼ਟਰ ਬੰਦ ਕਰ ਲਓ, ਵੀ ਇਹਦੇ ਪਿੱਛੇ ਵੀ ਕੋਈ ਚਾਲ ਕੋਈ ਗੱਲ ਆ। ਅਤੇ ਜੇ ਉਹਨੂੰ ਵੀ ਕੋਈ ਕਲਿਊ ਦਿੰਦਾ ਵੀ ਚੱਲ ਵੀ ਸਾਡੀ ਵੀ ਹਾਜ਼ਰੀ ਲੱਗ ਜੂ, ਤੁਸੀਂ ਵੀ ਵੱਜ ਜਾਓਗੇ, ਅਸੀਂ ਆ ਜਾਵਾਂਗੇ, ਗੇੜਾ ਮਾਰ ਜਾਵਾਂਗੇ ਅਤੇ ਤੁਸੀਂ ਆ ਕੇ ਸੱਟ ਸੱਟ ਲਿਓ, ਅਸੀਂ ਲੰਘ ਜਾਵਾਂਗੇ। ਅਤੇ ਨਹੀਂ ਫਿਰ ਕੀ ਵੀ ਮੈਡੀਕਲ ਵਾਲੇ ਦੀ ਆਪਾਂ ਇਕੱਲਾ ਉਹਦੀ ਕੀਮਤ ਨਹੀਂ, ਆਪਾਂ ਪ੍ਰਿੰਟ ਰੇਟ ਨਹੀਂ ਦੇ ਸਕਦੇ, ਉਹਦੇ ਖਰਚੇ ਵੀ ਹੈਗੇ ਆ, ਉਹ ਦੇਖਣੇ ਆ। ਜਾਇਜ਼ ਕਮਾਈ ਵੀ ਕਰਨੀ ਚਾਹੀਦੀ, ਚੱਲ ਜਿਹੜੇ ਨਜਾਇਜ਼ ਕਰਦੇ ਆ ਡਾਕਟਰ ਵੀ ਹੈਗੇ ਆ ਮੈਡੀਕਲ ਵੀ ਹੈਗੇ, ਆਪਾਂ ਸਾਰਿਆਂ ਨੂੰ ਕਹਿੰਦੇ ਵੀ ਕਲੀਅਰ ਕਰਨੇ ਆ। ਪਰ ਇਹ ਆਪਾਂ ਤਾਂ ਉਹ ਮੁੱਦੇ ਨੂੰ ਫੜਨਾ ਵੀ ਜੜ ਕਿੱਥੇ ਆ, ਇਕੱਲੇ ਮੈਡੀਕਲਾਂ ਖਿਲਾਫ ਲੜ ਕੇ ਆਪਾਂ ਇਹ ਜੰਗ ਨਹੀਂ ਜਿੱਤ ਸਕਦੇ, ਕਿਉਂਕਿ ਤਾਂ ਪੱਤੇ ਆ ਜੜ ਤਾਂ ਇਹਦੀ ਸਰਕਾਰ ਦੁਆਰੇ ਆ।
ਅਤੇ ਕੀ ਆ ਕਿਹੜਾ ਏ ਸੀ ਆ ਵੀ ਉਹ ਆਪਾਂ ਆਮ ਜਨਤਾ ਤਾਂ ਆਪਾਂ ਲਵਾਉਣੀ ਨਹੀਂ ਲੱਗੀ ਤਾਂ ਸਰਕਾਰ ਨੇ ਲਵਾਉਣਾ। ਜਦੋਂ ਨੌਨ ਏ ਸੀ 'ਚ ਕਈ ਦਵਾਈਆਂ ਰਹਿੰਦੀਆਂ ਉਹਦਾ ਜਿਹੜਾ ਵਿੱਚੋਂ ਸਾਲਟ ਹੁੰਦਾ ਡੈਮੇਜ ਹੋ ਜਾਂਦਾ, ਉਹ ਪਾਣੀ ਬਣ ਜਾਂਦਾ ਅਤੇ ਉਹ ਭਾਵੇਂ ਤੁਸੀਂ 10 ਰੁਪਏ ਦਾ ਲੈ ਲਓ ਤਾਂ ਫਿਰ ਵੀ ਖਤਮ। ਇਸ ਤਰ੍ਹਾਂ ਇਕੱਲੀਆਂ ਆਪਾਂ ਵੀ ਰੇਟਾਂ ਪਿੱਛੇ ਨਰੌਲਾ ਪਾ ਕੇ ਉੱਥੇ ਸਹੂਲਤਾਂ ਵੀ ਦੇਖ ਗਏ ਵੀ ਇਹਦੇ ਪਿੱਛੇ ਜ਼ਿੰਮੇਵਾਰ ਕੌਣ ਆ। ਵੀ ਸਰਕਾਰ ਨੂੰ ਚਾਹੀਦਾ ਵੀ ਸਭ ਤੋਂ ਪਹਿਲਾਂ ਤਾਂ ਹਰੇਕ ਚੀਜ਼ ਦਾ ਇੱਕ ਪ੍ਰਿੰਟ ਮਿਥੇ, ਅਤੇ ਦੂਜਾ ਜਿਹੜੀ ਉੱਥੇ ਕਾਨੂੰਨ ਬਣੇ ਆ ਉਹ ਅਲਾਓ ਹੋਣ, ਉਹ ਭਾਵੇਂ ਸਰਕਾਰੀ ਅਦਾਰੇ ਆ ਅਤੇ ਭਾਵੇਂ ਹੈਗੇ ਆ ਪ੍ਰਾਈਵੇਟ ਅਦਾਰੇ। ਵੀ ਇਹ ਨਾ ਚਲੋ ਰੋਡਵੇਜ ਤਾਂ ਟੇਢੀ ਵਿੰਗੀ ਤੁਰੀ ਜਾਂਦੀ ਆ ਅਤੇ ਨਵੀਂ ਗੱਡੀ ਦੇ ਜਲ ਫੜ ਲਓ ਅਤੇ ਇਹਦਾ ਜੀ ਮਾੜੀ ਗੱਲ ਹੈ ਨਹੀਂ, ਚਲਾਣ ਕਰ ਦਿਉ। ਵੀ ਇਸ ਕਰਕੇ ਆਪਣਾ ਮੁਲਕੇ ਪਿੱਛੇ ਜਾ ਰਿਹਾ ਅਤੇ ਕਿਉਂ ਸਰਕਾਰੀ ਤੰਤਰ ਜਿਹੜੇ ਲੀਡਰ ਲੋਕ ਆ ਵੀ ਇਹ ਕਾਨੂੰਨ ਨੂੰ ਟੱਚ ਸਮਝਦੇ ਆ। ਅਕਸਰ ਇਹ ਗੱਲ ਘਾਤ ਕਹੀ ਜਾਂਦੀ ਆ ਵੀ ਆਪਣੇ ਕਾਨੂੰਨ ਬਾਰੇ ਜਿਹੜਾ ਨਿਯਮ ਆ ਇੱਥੇ ਇਹ ਮੱਕੜੀ ਦਾ ਜਾਲ ਆ ਜਿਹੜਾ ਅੜ ਗਿਆ ਤਾਂ ਜਿਹੜਾ ਮੱਸਰ ਹੁੰਦਾ ਉਹ ਤਾਂ ਫਸ ਜਾਂਦਾ, ਜਿਹੜਾ ਹਾਥੀ ਹੁੰਦਾ ਤੋੜ ਕੇ ਲੰਘ ਜਾਂਦਾ। ਸੋ ਆਪਾਂ ਨੂੰ ਲੋੜ ਆ ਵੀ ਇਹ ਹਾਥੀ ਕਿਹੜੇ ਲੰਘਦੇ ਆ ਉਹ ਰੋਕਣੇ ਚਾਹੀਦੇ ਆ, ਅਤੇ ਵਿਚਾਰੇ ਇਕੱਲੇ ਮੱਸਰਾਂ ਨੂੰ ਫੜ ਕੇ ਕੁਛ ਨਹੀਂ ਬਣਨਾ, ਅਤੇ ਇਹ ਤਾਂ ਸਾਰੇ ਮੱਸਰ ਹੀ ਆ। ਅਤੇ ਆਪਾਂ ਨੂੰ ਜ਼ਰੂਰ ਵੀ ਇਸ ਤਰ੍ਹਾਂ ਦੀ ਸਸਤੀਆਂ ਦਵਾਈਆਂ ਬਾਰੇ ਗੱਲ ਕਰਨੀ ਚਾਹੀਦੀ ਹੈ। ਅਤੇ ਜਿਹੜੇ ਵੀ ਮਹੀਨੇ ਜਾਂਦੇ ਆ ਜਾਂ ਜਿਹੜੇ ਚੰਦੇ ਜਾਂਦੇ ਆ ਅਤੇ ਜਾਂ ਪਾਰਟੀ ਫੰਡ ਜਾਂਦੇ ਆਪਾਂ ਨੂੰ, ਉਹਨਾਂ ਬਾਰੇ ਇਹਨਾਂ ਸਾਰੇ ਅਦਾਰਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਵੀ ਤੁਹਾਨੂੰ ਪ੍ਰੋਬਲਮ ਹੈ ਕਿੱਥੇ ਆ। ਪ੍ਰੋਬਲਮਾਂ ਹੈਗੀਆਂ ਬਿਨਾਂ ਵਾਰਡ ਤੋਂ ਤਾਂ ਕਹਿੰਦੇ ਵਾਹਨ ਨਹੀਂ ਰਹਿੰਦਾ, ਅਤੇ ਵੀ ਬੰਦਾ 10 ਰੁਪਏ ਦੀ ਚੀਜ਼ 130 ਰੁਪਏ ਤੱਕ ਕਿਵੇਂ ਵੇਚ ਜੂ, ਇਹਦੇ ਪਿੱਛੇ ਵੀ ਕੋਈ ਵੱਡੇ ਕਾਰਨ ਆ, ਆਪਾਂ ਉਹ ਕਾਰਨ ਫੜ ਗਏ ਅਤੇ ਤਾਂ ਇਹ ਹੱਲ ਹੋ ਸਕਦੇ ਆ। ਇਹ ਤਾਂ ਵੀ ਅੱਗੇ ਵੀ ਲਹਿਰਾਂ ਉੱਠਦੀਆਂ, 4 ਦਿਨਾਂ ਬਾਅਦ ਬਹਿ ਜਾਂਦੀਆਂ, ਕੋਈ ਪੱਕਾ ਸਲਿਊਸ਼ਨ ਨਹੀਂ ਹੋਇਆ ਕਿਸੇ ਵੀ ਗੱਲ ਦਾ। ਅਤੇ ਸੋ ਦੋਸਤੋ ਆਪਾਂ ਹੋਰ ਮੁੱਦਿਆਂ 'ਤੇ ਵੇਲੇ ਗੱਲਬਾਤ ਕਰਨੀ ਆ।